ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਅਮੇਜ਼ਿੰਗ ਟੀ ਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਬੜੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਔਰ ਜਿਵੇਂ ਕਿ ਤੁਹਾਨੂੰ ਪਤਾ, ਅਸੀਂ ਤੁਹਾਨੂੰ ਹਰ ਵਾਰ ਇੱਕ ਨਵੇਂ ਆਰਟਿਸਟ ਨਾਲ ਰੂਬਰੂ ਕਰਾਉਂਦੇ ਹਾਂ, ਔਰ ਸਾਡੇ ਨਾਲ ਜਿਹੜੇ ਅੱਜ ਆਰਟਿਸਟ ਮੌਜੂਦ ਨੇ ਉਹਨਾਂ ਨੂੰ ਤੁਸੀਂ ਅਕਸਰ ਗੀਤਾਂ 'ਚ ਦੇਖਦੇ ਰਹਿੰਦੇ, ਔਰ ਬਹੁਤ ਜਲਦੀ ਇੱਕ ਵੱਡੇ ਪਰਦੇ ਉੱਤੇ ਵੀ ਤੁਹਾਡੇ ਸਾਹਮਣੇ ਆ ਰਹੇ ਨੇ। ਔਰ ਮੇਰੇ ਨਾਲ ਇਸ ਟਾਈਮ ਮੌਜੂਦ ਨੇ ਸਰਦਾਰਨੀ ਪ੍ਰੀਤ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਅਮੇਜ਼ਿੰਗ ਟੀ ਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਅੱਛਾ, ਜਿਵੇਂ ਅੱਜ ਜਿਵੇਂ ਹੁਣ ਤੁਸੀਂ ਗੀਤ ਕਰ ਰਹੇ ਹੋ, ਹੈ ਨਾ, ਤੁਹਾਡਾ ਬਹੁਤ ਪਿਆਰਾ ਇੱਕ ਗੀਤ ਜਿਹੜਾ ਸੀ ਉਹ ਹਾਈਲਾਈਟਡ ਹੋਇਆ, ਜਿਹਦੇ ਕਰਕੇ ਲੋਕਾਂ ਸਾਹਮਣੇ ਤੁਹਾਡੀ ਪਹਿਚਾਣ ਬਣੀ, ਉਸ ਗੀਤ ਬਾਰੇ ਤੁਸੀਂ ਦੱਸੋ। ਯਾ, ਮੇਰਾ ਗੀਤ ਸੀਗਾ, ਪਹਿਲਾਂ ਇੱਕ ਗੀਤ ਕੀਤਾ ਸੀਗਾ, ਬਟ ਉਸ ਤੋਂ ਬਾਅਦ ਮੇਰੇ ਵਾਲਾ ਸਰਦਾਰ ਆਇਆ ਗਾਣਾ, ਜੁਗ ਬਾਏ ਜੁਗਰਾਜ ਸੰਧੂ ਅਤੇ ਭਿੰਡਰ ਬੁਰਜ ਅਤੇ ਬੁਰਜ ਸ਼ਾਹ ਗਰੁੱਪ ਨੇ ਡਾਇਰੈਕਟ ਕੀਤਾ ਜੀ, ਅਤੇ ਉਹਦੇ ਨਾਲ ਨਾਲ ਫਿਰ ਮੈਨੂੰ ਇੱਕ ਨਵੀਂ ਪਹਿਚਾਣ ਮਿਲੀ, ਜਿਵੇਂ ਤੁਹਾਡੇ ਸਾਹਮਣੇ ਮੈਂ ਅੱਜ ਖੜ੍ਹੀ ਹਾਂ ਅਤੇ ਉਸੇ ਗੀਤ ਕਰਕੇ ਖੜ੍ਹੀ ਹਾਂ। ਬਹੁਤ ਵਧੀਆ, ਮੈਨੂੰ ਪਰਸਨਲੀ ਬਹੁਤ ਪਸੰਦ ਆ ਉਹ ਗੀਤ, ਅਤੇ ਉਹਦੇ ਨਾਲ ਨਾਲ ਅਸੀਂ ਹੋਰ ਵੀ ਪ੍ਰੋਜੈਕਟ ਕੀਤੇ ਹਾਂ ਵਧੀਆ ਵਧੀਆ, ਅਤੇ ਹੁਣ ਰੱਬ ਦੀ ਦਇਆ ਨਾਲ ਆਪਾਂ ਹੋਰ ਵੀ ਲੈ ਕੇ ਆ ਰਹੇ ਹਾਂ ਨਵੇਂ ਨਵੇਂ ਪ੍ਰੋਜੈਕਟ। ਅੱਛਾ, ਸਾਡੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਇਹ ਦੱਸੋ, ਨਾਮ ਜਿਹੜਾ ਤੁਹਾਡਾ ਆ, ਹੈ ਨਾ, ਸਰਦਾਰਨੀ ਪ੍ਰੀਤ, ਬੜਾ ਡਿਫਰੈਂਟ ਔਰ ਬੜਾ ਕਲੀਕੀ ਨਾਮ ਹੈ, ਅਕਸਰ ਪੰਜਾਬੀ ਦੇ ਨਾਲ ਵੀ ਬਹੁਤ ਜ਼ਿਆਦਾ ਜੁੜਿਆ ਨਾਮ ਹੈ, ਤੁਸੀਂ ਇਸ ਨਾਮ ਬਾਰੇ ਦੱਸੋ ਕਿ ਇਹ ਨਾਮ ਕਿਵੇਂ ਪਿਆ? ਇਹਦੇ ਪਿੱਛੇ ਨਿੱਕੀ ਜਿਹੀ ਸਟੋਰੀ ਆ, ਮੈਂ ਜ਼ਰੂਰ ਦੱਸਣਾ ਚਾਹੂੰਗੀ। ਇਹ ਜਿੱਥੇ ਮੈਂ ਬਹੁਤ ਛੋਟੇ ਜਿਹੇ ਘਰ ਤੋਂ ਨਿਕਲੀ ਹੋਈ ਹਾਂ ਕੁੜੀ, ਮੈਂ ਮੇਰੇ ਪਾਪਾ ਮੇਰੇ ਜਿਵੇਂ ਮੈਂ ਬਹੁਤ ਸਪੋਰਟਿਵ ਨੇ, ਮੇਰੇ ਪਾਪਾ ਸੂਬੇਦਾਰ ਮੇਜਰ ਰਿਟਾਇਰਡ ਨੇ ਆਰਮੀ 'ਚੋਂ, ਅਤੇ ਆਪਾਂ ਬੜੇ ਛੋਟੇ ਜਿਹੇ ਘਰ ਤੋਂ ਨਿਕਲੇ ਹਾਂ, ਅਤੇ ਉੱਥੇ ਜਿਸ ਏਰੀਏ 'ਚ ਅਸੀਂ ਰਹਿੰਦੇ ਸੀਗੇ ਉੱਥੇ ਸਾਨੂੰ ਸਿਰਫ ਸਾਡਾ ਘਰ ਸੀਗਾ, ਜਿੱਥੇ ਸਾਨੂੰ ਕਹਿੰਦੇ ਸੀਗੇ ਵੀ ਉਹ ਸਰਦਾਰਾਂ ਦਾ ਘਰ ਆ, ਬਾਕੀ ਸਾਰੇ ਹੋਰ ਰਹਿਣੇ, ਹੈ ਨਾ, ਹੋਰ ਫੈਮਿਲੀਜ਼ ਰਹਿਣੀਆਂ, ਬਟ ਸਾਨੂੰ ਕਹਿੰਦੇ ਸੀ ਵੀ ਉਹ ਸਰਦਾਰਨੀਆਂ ਰਹਿੰਦੀਆਂ, ਹੈ ਨਾ, ਮੇਰੇ ਪਾਪਾ ਬਾਹਰ ਰਹਿੰਦੇ ਸੀਗੇ ਬਟ ਅਸੀਂ ਸਾਰੇ ਫੈਮਿਲੀ ਇਕੱਠੀ ਇੱਥੇ ਰਹਿੰਦੇ ਹੁੰਦੇ ਸੀ, ਅਤੇ ਫਿਰ ਉਹਦੇ ਨਾਲ ਹੀ ਸਾਡਾ ਬਚਪਨ ਤੋਂ ਹੀ ਨਾਂ ਜੁੜਿਆ ਸਰਦਾਰਨੀ, ਫਿਰ ਉੱਥੋਂ ਹੀ ਆਪਾਂ ਸਰਦਾਰਨੀ ਪ੍ਰੀਤ ਅਤੇ ਸਰਦਾਰਨੀ ਪ੍ਰੀਤ ਅਸੀਂ ਸਾਹਮਣੇ ਲੈ ਕੇ ਆਏ ਇਸ ਚੀਜ਼ ਨੂੰ। ਬਹੁਤ ਡਿਫਰੈਂਟ ਚੀਜ਼ ਹੈ ਕਿ ਨਾਮ ਜਿਹੜਾ ਇੱਕ ਪਹਿਚਾਣ ਬਣ ਜਾਂਦੀ ਹੈ। ਤੁਸੀਂ ਬਿਲੋਂਗ ਕਿੱਥੋਂ ਕਰਦੇ ਹੋ? ਜੀ, ਮੈਂ ਬਿਲੋਂਗ ਚੰਡੀਗੜ੍ਹ ਤੋਂ ਹੀ ਕਰਦੀ ਹਾਂ, ਮੇਰਾ ਬੌਂਡ ਚੰਡੀਗੜ੍ਹ ਦਾ ਹੈ, ਅਤੇ ਮੈਂ ਬੇਸਿਕਲੀ ਇੱਥੋਂ ਦੀ ਹਾਂ। ਓਕੇ, ਤੇਰਾ ਨਾਮ ਜਿਹੜਾ ਇਹ ਚੰਡੀਗੜ੍ਹ 'ਚ ਹੀ ਪਿਆ ਇਹ ਨਾਮ? ਠੀਕ ਹੈ, ਠੀਕ ਹੈ, ਵੀ ਬਹੁਤ ਵਧੀਆ ਗੱਲ ਹੈ ਜੀ। ਅੱਛਾ, ਤੁਸੀਂ ਜਿਹੜੇ ਜਿਵੇਂ ਹੁਣ ਤੁਸੀਂ ਗੀਤ ਕੀਤੇ, ਹੈ ਨਾ, ਲੋਕਾਂ ਸਾਹਮਣੇ ਤੁਹਾਡੀ ਪਹਿਚਾਣ ਬਣੀ ਆ, ਅਤੇ ਹੁਣ ਜਦੋਂ ਤੁਸੀਂ ਲੋਕਾਂ 'ਚ ਵਿਚਰਦੇ ਹੋ ਤਾਂ ਕਿਵੇਂ ਫੀਲ ਤੁਹਾਨੂੰ ਹੁੰਦਾ ਆ? ਬਹੁਤ ਵਧੀਆ ਫੀਲ ਹੁੰਦਾ, ਹੁਣ ਲੋਕ ਪਛਾਣਦੇ ਆ ਵੀ ਸਰਦਾਰਨੀ ਪ੍ਰੀਤ ਆ, ਹੈ ਨਾ, ਇਹਦੇ ਨਾਲ ਨਾਲ ਮੇਰੀ ਸਿਸਟਰ ਦਾ ਨਾਮ ਵੀ ਸਰਦਾਰਨੀ ਦੀਪ ਆ, ਅਤੇ ਉਹ ਤਾਂ ਮੇਰੇ ਸ਼ੁਰੂ ਤੋਂ ਬੈਕਬੋਨ ਰਹੇ ਆ, ਹੈ ਨਾ, ਅਤੇ ਹੁਣ ਜਿੱਥੇ ਵੀ ਜਾਂਦੇ ਕੋਈ ਨਾ ਕੋਈ ਸਾਨੂੰ ਮਿਲ ਜਾਂਦਾ, ਸਾਨੂੰ ਕਹਿੰਦੇ ਆ ਵੀ ਅਸੀਂ ਤੁਹਾਡੇ ਨਾਲ ਸੈਲਫੀ ਲੈਣੀ ਆ ਜਾਂ ਕੁਛ, ਹੈ ਨਾ, ਰੂਬਰੂ ਹੁੰਦਾ ਸਾਡੇ ਨਾਲ, ਸਾਨੂੰ ਬਹੁਤ ਚੰਗਾ ਲੱਗਦਾ, ਹੈ ਨਾ, ਅਤੇ ਇਹਦੇ ਨਾਲ ਨਾਲ ਜਿਵੇਂ ਲੋਕ ਜੋ ਚੀਜ਼ ਮੈਂ ਅਪਡੇਟ ਕਰਦੀ ਹਾਂ ਉਸ ਨੂੰ ਲੋਕ ਇੰਨਾ ਪਿਆਰ ਦਿੰਦੇ ਆ, ਮੈਂ ਐਕਸਪੈਕਟ ਨਹੀਂ ਸੀ ਕੀਤਾ ਕਦੀ ਵੀ ਇੱਦਾਂ ਹੋਊਗਾ, ਹੈ ਨਾ, ਅਤੇ ਮੈਂ ਇਹ ਵੀ ਦੱਸਣਾ ਚਾਹੂੰਗੀ ਮੈਂ ਆਪਣੀ ਫੈਮਿਲੀ 'ਚ ਪਹਿਲੀ ਹਾਂ ਜਿਹੜੀ ਇਸ ਇੰਡਸਟਰੀ ਦੇ ਵਿੱਚ ਆ ਅਤੇ ਕੰਮ ਕਰ ਰਹੀ ਹਾਂ। ਫੈਮਿਲੀ ਤੁਸੀਂ ਗੱਲ ਕੀਤੀ, ਫੈਮਿਲੀ ਕਿੰਨਾ ਕੁ ਤੁਹਾਨੂੰ ਇਸ ਟਾਈਮ ਸਪੋਰਟਿਵ ਕਰਦੀ, ਕਿਉਂਕਿ ਦੇਖੋ ਜਦੋਂ ਇੱਕ ਅਸੀਂ ਐਕਟਿੰਗ ਲਾਈਨ ਦੇ ਵਿੱਚ ਜਾਂਦੇ ਹਾਂ ਤਾਂ ਬਹੁਤ ਸਾਰੀਆਂ ਫੈਮਿਲੀਆਂ ਨੇ, ਸਪੈਸ਼ਲ ਕੁੜੀਆਂ ਨੂੰ ਤਾਂ ਬਹੁਤ ਜ਼ਿਆਦਾ ਇੱਕ ਬੰਨ੍ਹ ਕੇ ਰੱਖਿਆ ਜਾਂਦਾ ਕਿ ਇਹ ਨਹੀਂ ਕਰਨਾ ਜਾਂ ਇੱਦਾਂ ਨਹੀਂ ਕਰਨਾ ਜਾਂ ਇਹ ਡਰੈਸਿਸ ਨਹੀਂ ਵੇਅਰ ਕਰਨੀ ਆ, ਤੁਸੀਂ ਬਾਹਰ ਲੋਕਾਂ 'ਚ ਰਹਿਣਾ ਆ। ਫੈਮਿਲੀ ਮੇਰੀ ਸ਼ੁਰੂ 'ਚ ਸਾਰੇ ਨੈਗੇਟਿਵ ਹੁੰਦੇ ਆ, ਬਟ ਮੈਨੂੰ ਬਹੁਤ ਸਪੋਰਟ ਮਿਲ ਰਹੀ ਹੈ ਮੇਰੇ ਫਾਦਰ ਵੱਲੋਂ, ਮੇਰੀ ਸਿਸਟਰ ਜਿਵੇਂ ਮੈਂ ਤੁਹਾਨੂੰ ਦੱਸਿਆ ਮੇਰੀ ਬੈਕਬੋਨ ਆ, ਅਤੇ ਮੇਰੀ ਮੰਮਾ ਤਾਂ ਆਲਵੇਜ਼ ਮੇਰੀ ਸਪੋਰਟਿਵ ਹੈ, ਅਤੇ ਫੈਮਿਲੀ ਸਪੋਰਟ ਹੋਵੇ ਤਾਂ ਹੀ ਬੰਦਾ ਕੰਮ ਕਰ ਸਕਦਾ ਆ। ਬਿਲਕੁਲ ਬਿਲਕੁਲ। ਜਿੱਦਾਂ ਤੁਸੀਂ ਹੁਣ ਜਿਵੇਂ ਤੁਹਾਨੂੰ ਜਿਹੜੇ ਗਾਣੇ ਤੋਂ ਪੁਸ਼ ਮਿਲਿਆ, ਹੈ ਨਾ, ਵਰਕ ਜਿਹੜਾ ਸੀ, ਜਿਹੜਾ ਗਾਣੇ ਤੁਸੀਂ ਵਰਕ ਕੀਤਾ, ਉਹ ਗਾਣਾ ਤੁਹਾਡੇ ਤੱਕ ਕਿਵੇਂ ਪਹੁੰਚ ਹੋਇਆ? ਇਹਦੇ 'ਚ ਵੀ ਆ, ਮੈਂ ਜਿਹੜਾ ਸੌਂਗ ਕਰ ਚੁੱਕੀ ਸੀਗੀ ਉਹਦੇ 'ਚ ਸੀਗੇ ਮੇਰੇ ਸਾਡੇ DOP ਹੈ ਅਰੁਣ ਜੀ ਹੈ, ਉਹਨਾਂ ਨੂੰ ਕਿਸੇ ਨੇ ਦੱਸਿਆ ਵੀ ਆਪਾਂ ਮੇਰੇ ਵਾਲਾ ਸਰਦਾਰ ਸੌਂਗ ਕਰਨਾ ਆ, ਅਤੇ ਉਹਨਾਂ ਨੇ ਸੌਂਗ ਸੁਣਿਆ, ਅਤੇ ਸੌਂਗ ਸੁਣਿਆ ਤਾਂ ਉਹਦੇ ਵਿੱਚ ਵਰਡਿੰਗ ਆਉਂਦੀ ਆ ਸਰਦਾਰਨੀ, ਕੋਈ ਵਰਡ ਆਉਂਦਾ ਆ, ਅਤੇ ਉਹਦੇ ਤੋਂ ਉਹਨਾਂ ਨੂੰ ਕਲਿੱਕ ਹੋਈ ਮੈਂ, ਅਤੇ ਉਹਨਾਂ ਨੇ ਫਿਰ ਨਾਲ ਦੇ ਨਾਲ ਮੈਨੂੰ ਫੋਨ ਕੀਤਾ, ਮੈਨੂੰ ਕਹਿੰਦੇ ਵੀ ਮੈਮ ਤੁਸੀਂ ਫ੍ਰੀ ਹੋ? ਮੈਂ ਕਿਹਾ ਹਾਂਜੀ ਕਰ ਲਾਂਗੇ ਸੌਂਗ, ਹੈ ਨਾ, ਜਿੱਦਾਂ ਵੀ। ਫਿਰ ਉਸ ਤੋਂ ਬਾਅਦ ਜਿਵੇਂ ਪ੍ਰੋਜੈਕਟ ਆਇਆ, ਬਹੁਤ ਵਧੀਆ, ਬਹੁਤ ਪਿਆਰ ਦਿੱਤਾ ਲੋਕਾਂ ਨੇ, ਅਤੇ ਬਹੁਤ ਅੱਜ ਤੱਕ ਐਵਰਗ੍ਰੀਨ ਆ ਉਹ, ਤਾਂ ਰਹਿਣਾ ਹੀ ਆ ਸੌਂਗ। ਹਾਂਜੀ, ਪਛਾਣ ਹੈਗੀ ਆ, ਮਤਲਬ ਉਹਦੇ ਕਰਕੇ ਲੋਕ ਜਾਣਦੇ ਆ। ਹਾਂਜੀ ਹਾਂਜੀ, ਪੂਰਾ। ਹਾਂਜੀ, ਰੀਸੈਂਟਲੀ ਹੁਣ ਜਿਹੜੇ ਤੁਸੀਂ ਪ੍ਰੋਜੈਕਟ ਕਰ ਰਹੇ ਹੋ ਉਹ ਕਿਹੜਾ ਕਰ ਰਹੇ ਹੋ, ਉਹਦੇ ਬਾਰੇ ਤੁਸੀਂ ਲੋਕਾਂ ਨੂੰ ਰਿਵੀਲ ਕਰਨਾ ਚਾਹੋਗੇ? ਹਾਂਜੀ, ਅਸੀਂ ਇੱਕ ਨਵਾਂ ਕਨਸੈਪਟ ਲੈ ਕੇ ਆ ਰਹੇ ਹਾਂ, ਅਤੇ ਬਹੁਤ ਵਧੀਆ ਪ੍ਰੋਜੈਕਟ ਹੈ, ਅਤੇ ਡਿਫਰੈਂਟ ਹੋਊਗਾ, ਅਤੇ ਇਹਨੂੰ ਡਾਇਰੈਕਟ ਕਰ ਰਹੇ ਹਾਂ ਕਵਲ ਜੀ ਅਤੇ ਵੀਰ ਸਿੰਘ ਫਤਿਹ, ਅਤੇ ਉਹਦੇ ਨਾਲ ਨਾਲ ਵਿਸਾਖੀ ਫਿਲਮਸ ਕਰ ਰਹੇ ਹਾਂ ਪ੍ਰੋਜੈਕਟ ਨੂੰ ਸਾਰਾ, ਅਤੇ ਹੋਪ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗਾ ਕਿਉਂਕਿ ਇਹ ਡਿਫਰੈਂਟ ਹੈ, ਨਾਲੇ ਇਹ ਵੈਬ ਸੀਰੀਜ਼ ਆ, ਅਤੇ ਇਹਨੂੰ ਆਪਾਂ ਛੇਤੀ ਛੇਤੀ ਸ਼ੂਟ ਕਰਕੇ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ। ਮਤਲਬ ਸੌਂਗਸ ਦੇ ਬਾਅਦ, ਸੌਂਗਸ ਤੋਂ ਬਾਅਦ ਜਿਹੜੀ ਹੁਣ ਆਡੀਅੰਸ ਆ ਉਹ ਤੁਹਾਨੂੰ ਪਰਦੇ 'ਤੇ ਵੀ ਦੇਖ ਸਕਦੀ? ਹਾਂਜੀ, ਆਫਕੋਰਸ ਦੇਖੋਗੇ। ਇਹਦੇ ਨਾਲ ਨਾਲ ਮੈਂ ਇੱਕ ਫਰੀਦਕੋਟ ਪਲੇ ਕਰ ਰਹੀ ਹਾਂ, ਬਹੁਤ ਵੱਡਾ ਪਲੇ ਆ,
ਤੇ ਉਹ ਵੀ ਅਸੀਂ ਮੈਂ ਵੀ ਉਹ ਵੀ ਅਪਡੇਟ ਕਰਦੀ ਰਹੂੰਗੀ ਤੇ ਲੋਕਾਂ ਤੱਕ ਪਹੁੰਚਾਉਂਦੀ ਰਹੂੰਗੀ। ਬਹੁਤ ਮੇਰੇ ਲਈ ਕੁਛ ਨਵਾਂ ਆ ਤੇ ਉਹਦੇ ਵਿੱਚ ਮੈਂ ਰੋਲ ਕਰ ਰਹੀ ਹਾਂ ਇੱਕ ਬਜ਼ੁਰਗ ਦਾ ਤੇ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਕੁਛ ਅਲੱਗ ਦੇਖਣ ਨੂੰ ਮਿਲੂ। ਉਹ ਵੀ ਇੱਕ ਡਿਫਰੈਂਟ ਲੁੱਕ ਹੋਏਗਾ, ਮਤਲਬ ਹੁਣ ਤੋਂ ਲੈ ਕੇ ਇੱਕ ਜਵਾਨ ਕੁੜੀ ਤੋਂ ਲੈ ਕੇ ਇੱਕ ਜਿਹੜੀ ਏਜ ਜਿਹੜੀ ਹੈ ਨਾ ਲੇਡੀਜ਼ ਥੀਏਟਰ ਦਾ ਹਿੱਸਾ ਜਿਹਨੂੰ ਕਹਿ ਸਕਦੇ ਹਾਂ ਜੀ ਉਹ ਲੈ ਕੇ ਆ ਰਹੇ ਹਾਂ। ਅੱਛਾ, ਤੁਸੀਂ ਥੀਏਟਰ ਵੀ ਕੀਤਾ ਆ ਜਿਹਦੇ ਕਰਕੇ ਤੁਹਾਨੂੰ ਹੁਣ ਜੰਪ ਜਾਂ ਪੁਸ਼ ਮਿਲਦੇ ਆ? ਹਾਂਜੀ ਹਾਂਜੀ, ਮੈਂ ਥੀਏਟਰ ਕੀਤਾ ਆ ਤੇ ਮੈਂ 18 ਸੈਕਟਰ 'ਚ ਥੀਏਟਰ ਕਰਦੀ ਰਹੀ ਹਾਂ ਤੇ ਹੁਣ ਮੈਂ ਬਿਜ਼ੀ ਇੰਡਸਟਰੀ 'ਚ ਆ ਗਈ ਹਾਂ। ਉਸ ਤੋਂ ਬਾਅਦ ਥੋੜ੍ਹਾ ਜਿਹਾ ਥੀਏਟਰ ਛੁੱਟ ਗਿਆ ਬਟ ਉਹਦੇ ਨਾਲ ਨਾਲ ਕੰਮ ਚੱਲ ਰਿਹਾ ਹੈ ਨਾ ਜਦੋਂ ਅਤੇ ਕੰਮ ਕਰ ਰਹੀ ਹਾਂ। ਸਟੱਡੀ ਜਿਹੜੀ ਆ, ਜਿਹੜੀ ਸਟੱਡੀ ਤੁਸੀਂ ਕੀਤੀ ਆ ਉਹ ਕਿੱਥੋਂ ਕੀਤੀ? ਕਾਲਜ ਜਿਹੜਾ ਤੁਸੀਂ ਕੀਤਾ ਉਹ ਕਿੱਥੋਂ ਕੀਤਾ? ਕਾਲਜ ਮੇਰੀ ਪਰਸੂਇੰਗ ਹੈ ਗ੍ਰੈਜੂਏਸ਼ਨ, ਮੈਂ ਗ੍ਰੈਜੂਏਸ਼ਨ ਕਰ ਰਹੀ ਹਾਂ ਪੰਜਾਬ ਯੂਨੀਵਰਸਿਟੀ ਤੋਂ ਅਤੇ ਮੇਰਾ ਫਾਈਨਲ ਈਅਰ ਹੈ ਅਤੇ ਹੋਪ ਅੱਜ ਐਤਕੀ ਇਸ ਸਾਲ ਕੰਪਲੀਟ ਹੋ ਜੂਗੀ। ਮੈਂ ਸਟੱਡੀ 'ਚ ਇੰਨੀ ਉਹ ਨਹੀਂ ਹੈਗੀ ਇੰਟੈਲੀਜੈਂਟ ਬਟ ਮੈਨੂੰ ਨੌਲੇਜ ਹੈਗੀ ਆ ਇੰਨੀ ਆ। ਅੱਛਾ, ਮਤਲਬ ਤੁਸੀਂ ਇਸ ਲਾਈਨ 'ਚ ਜ਼ਿਆਦਾ ਇੰਟੈਲੀਜੈਂਟ ਹੋ ਨਾ? ਯੈਸ, ਮੇਰੇ ਘਰ ਦੇ ਮੇਰੇ ਤੋਂ ਬਹੁਤ ਇਸ ਗੱਲੋਂ ਕਹਿੰਦੇ ਵੀ ਤੂੰ ਪੜ੍ਹ ਲਾ ਬਟ ਨਹੀਂ ਇੰਟਰਸਟ ਜਿਹਦਾ ਜਿਹੜੇ ਬੱਚੇ ਦਾ ਜਿਸ ਚੀਜ਼ 'ਚ ਇੰਟਰਸਟ ਹੁੰਦਾ ਬੰਦਾ ਉਹੀ ਕਰਦਾ ਆ ਉਹੀ ਅਤੇ ਆਪਾਂ ਕਰ ਰਹੇ ਹਾਂ। ਚਲੋ, ਇਹ ਵੀ ਗੱਲ ਵਧੀਆ ਜੀ ਕਿਉਂਕਿ ਪੜ੍ਹਾਈ ਵੀ ਜਿਹੜੀ ਆ ਬਹੁਤ ਜ਼ਰੂਰੀ ਆ, ਉਹਦੇ ਬਿਨਾਂ ਵੀ ਇਹ ਬਣਦੀ ਨਹੀਂ ਗੱਲ ਹੈ ਨਾ। ਸੋਸ਼ਲ ਮੀਡੀਆ 'ਤੇ ਤੁਸੀਂ ਕਿੰਨਾ ਕੁ ਐਕਟਿਵ ਹੁੰਦੇ ਹੋ? ਸੋਸ਼ਲ ਮੀਡੀਆ ਮੇਰੀ ਕੋਸ਼ਿਸ਼ ਇਹੀ ਰਹਿੰਦੀ ਆ ਵੀ ਮੈਂ ਵੱਧ ਤੋਂ ਵੱਧ ਅਪਡੇਟ ਕਰਦੀ ਰਹਾਂ ਲੋਕਾਂ ਨੂੰ, ਹੈ ਨਾ, ਦੱਸਦੀ ਰਹਾਂ ਮੈਂ ਕੀ ਕਰ ਰਹੀ ਕੀ ਨਹੀਂ। ਪਰ ਕਈ ਵਾਰੀ ਹੁੰਦਾ ਆ ਮੈਂ ਬਹੁਤ ਬਿਜ਼ੀ ਹੋ ਜਾਂਦੀ ਹਾਂ ਸ਼ਡਿਊਲ ਦੇ ਵਿੱਚ ਅਤੇ ਅਪਡੇਟ ਨਹੀਂ ਕਰ ਪਾਉਂਦੀ ਅਤੇ ਫਿਰ ਉਹਦੇ ਕਰਕੇ ਥੋੜ੍ਹਾ ਜਿਹਾ ਬ੍ਰੇਕ ਹੋ ਜਾਂਦੀ, ਬਟ ਬਾਕੀ ਮੈਂ ਅਪਡੇਟ ਕਰਦੀ ਰਹਿੰਦੀ ਹਾਂ ਅਤੇ ਵਧੀਆ ਰਿਸਪੋਂਸ ਆਉਂਦਾ ਆ ਲੋਕਾਂ ਵੱਲੋਂ। ਅੱਛਾ, ਸਾਡੇ ਦਰਸ਼ਕਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ? ਸੁਨੇਹਾ ਮੇਰਾ ਇਹੀ ਆ ਵੀ ਮੈਨੂੰ ਤਾਂ ਸਪੋਰਟ ਕਰਨੀ ਕਰਨੀ ਆ ਅਤੇ ਸਾਡੇ ਮੇਰੇ ਨਾਲ ਜੋ ਜੁੜ ਰਹੇ ਆ, ਮੇਰਾ ਐਕਚੁਲੀ ਮੇਰੇ ਨਾਲ ਹੁਣ ਤੱਕ ਬਹੁਤ ਟਾਈਮ ਚੇਂਜ ਹੋਇਆ ਅਤੇ ਮੈਂ ਹੋਪ ਕਰਦੀ ਮੇਰਾ ਅੱਗੇ ਵੀ ਟਾਈਮ ਚੇਂਜ ਹੋਊਗਾ ਅਤੇ ਛੋਟੇ ਤੋਂ ਵੱਡੀ ਚੀਜ਼ ਕਰਨੀ ਬਹੁਤ ਇੱਕ ਤਰ੍ਹਾਂ ਨਾਲ ਵਧੀਆ ਇੱਕ ਮੂਮੈਂਟ ਹੁੰਦਾ ਆ ਅਤੇ ਆਈ ਹੋਪ ਸਭ ਨੂੰ ਪਸੰਦ ਆਊਗਾ ਅਤੇ ਉਹਦੇ ਨਾਲ ਨਾਲ ਮੈਂ ਚਾਹੂੰਗੀ ਵੀ ਕੁੜੀਆਂ ਲਈ, ਮੈਂ ਜਿਹੜੀ ਡਾਏ ਹਾਰਡ ਦਿਲੋਂ ਮੇਰੀ ਖੁਆਇਸ਼ ਆ ਵੀ ਕੁੜੀਆਂ ਵੱਧ ਤੋਂ ਵੱਧ ਅੱਗੇ ਆਉਣ ਇੰਡਸਟਰੀ 'ਚ, ਕੁਛ ਮਾੜਾ ਨਹੀਂ ਹੈ, ਕੁਛ ਇਹੋ ਜਿਹਾ ਨਹੀਂ ਆ ਜਿਹਦੇ ਕਰਕੇ ਵੀ ਕੁੜੀਆਂ ਨੂੰ ਨੀਵਾਂ ਦਿਖਣਾ ਪਵੇ, ਹੈ ਨਾ, ਅਤੇ ਬਸ ਇਹੀ ਆ ਮੇਰਾ ਸੁਨੇਹਾ ਜੀ ਸਾਹਿਬ। ਜਿਹੜੇ ਤੁਸੀਂ ਹੁਣ ਫਿਲਮ ਕੀਤੀ ਹੈ ਕਦੋਂ ਤੱਕ ਰਿਲੀਜ਼ ਹੋ ਸਕਦੀ, ਕਦੋਂ ਤੱਕ ਲੋਕਾਂ ਦੇ ਸਾਹਮਣੇ ਤੁਸੀਂ ਲੈ ਕੇ ਆ ਸਕਦੇ ਹੋ? ਫਿਲਮ ਹਜੇ ਰਿਲੀਜ਼ ਦਾ ਮੈਨੂੰ ਵੀ ਨਹੀਂ ਕੁਛ ਪਤਾ ਹੈਗਾ ਅਤੇ ਕਦੋਂ ਹੋਊਗੀ ਰਿਲੀਜ਼, ਪਰ ਛੇਤੀ ਤੋਂ ਛੇਤੀ ਅਪਡੇਟ ਕਰ ਦੂੰਗੀ ਇਹਨਾਂ ਨੂੰ। ਹਾਂਜੀ, ਮਤਲਬ ਜਲਦੀ ਤੋਂ ਜਲਦੀ ਲੋਕਾਂ ਤੱਕ ਆ ਜਾਊਗੀ? ਹਾਂਜੀ ਹਾਂਜੀ, ਆਊਗੀ ਜੀ, ਜ਼ਰੂਰ ਆਊਗੀ। ਇਸੇ ਸਾਲ ਤੱਕ ਹੀ ਆਜੂ? ਹਾਂਜੀ ਹਾਂਜੀ, ਇਸੇ ਸਾਲ ਹੀ ਆਊਗੀ। ਬਹੁਤ ਬਹੁਤ ਥੈਂਕਸ ਤੁਹਾਡਾ ਕਿ ਤੁਸੀਂ ਸਾਨੂੰ ਟਾਈਮ ਦਿੱਤਾ ਔਰ ਸਾਡੇ ਲਈ ਟਾਈਮ ਕੱਢਿਆ, ਔਰ ਅਮੇਜ਼ਿੰਗ ਟੀਵੀ ਵੱਲੋਂ ਤੁਹਾਨੂੰ ਬਹੁਤ ਬਹੁਤ ਬੈਸਟ ਵਿਸ਼ਿਜ਼। ਥੈਂਕ ਯੂ ਸੋ ਮੱਚ ਅਮੇਜ਼ਿੰਗ ਟੀਵੀ, ਤੁਹਾਡਾ ਵੀ ਥੈਂਕ ਯੂ ਜਿਹੜੇ ਤੁਸੀਂ ਆਏ ਅਤੇ ਮੇਰਾ ਇੰਟਰਵਿਊ ਲਿਆ, ਥੈਂਕ ਯੂ ਸੋ ਮੱਚ। ਸੋ ਇਹ ਸਨ ਸਾਡੇ ਨਾਲ ਸਰਦਾਰਨੀ ਪ੍ਰੀਤ ਕੌਰ, ਜਿਨ੍ਹਾਂ ਨੇ ਸਾਡੇ ਨਾਲ ਟਾਈਮ ਕੱਢਿਆ ਔਰ ਆਪਣੇ ਬਾਰੇ ਕੁਝ ਸਾਨੂੰ ਦੱਸਿਆ, ਆਪਣੇ ਗੀਤਾਂ ਬਾਰੇ ਔਰ ਆਉਣ ਵਾਲੀ ਫਿਲਮ ਬਾਰੇ ਵੀ ਸਾਡੇ ਨਾਲ ਦੱਸਿਆ। ਸੋ ਬਹੁਤ ਜਲਦੀ ਇੱਕ ਨਵੇਂ ਆਰਟਿਸਟ ਨਾਲ ਤੁਹਾਨੂੰ ਫਿਰ ਦੁਬਾਰਾ ਰੂਬਰੂ ਕਰਾਵਾਂਗੇ, ਤਦ ਤੱਕ ਸਾਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ ਜੀ।